ਦੇਖੋ ਅੱਜ ਸੁਨਾਮ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਦੇ ਵਿੱਚ ਤਕਰੀਬਨ 68 ਕਰੋੜ ਰੁਪਏ ਦੀ 68 ਲੱਖ ਰੁਪਏ ਦੀ ਲਾਗਤ ਦੇ ਨਾਲ 400 ਮੀਟਰ ਦਾ ਸੈਂਡਰ ਟਰੈਕ ਹੈ ਜਿਹੜਾ ਉਹਦਾ ਸ਼ੁਰੂਆਤ ਕਰਨ ਲਈ ਆਇਆ, ਉਹਦਾ ਨੀਂਹ ਪੱਥਰ ਰੱਖਣ ਦੇ ਲਈ ਆਇਆ। ਇਹ ਉਹ ਕਾਲਜ ਹੈ ਅਤੇ ਇਹ ਉਹ ਧਰਤੀ ਹੈ, ਉਹ ਗਰਾਊਂਡ ਹੈ ਜਿਹਨੇ ਬੜੇ ਤਗੜੇ ਪਲੇਅਰ, ਬੜੇ ਤਗੜੇ ਐਥਲੀਟ ਨੇ ਜਿਹੜੇ ਉਹ ਪੈਦਾ ਕੀਤੇ ਨੇ। ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਇਸੇ ਕਾਲਜ ਦੇ ਸਟੂਡੈਂਟ ਰਹੇ ਨੇ। ਸੋ ਪਹਿਲੇ ਦਿਨ ਤੋਂ ਸਾਡੀ ਕੋਸ਼ਿਸ਼ ਹੈ ਕਿ ਪੂਰੇ ਹਲਕੇ ਦੇ ਨਾਲ ਨਾਲ ਇਸ ਕਾਲਜ ਦੇ ਵਿੱਚ ਵੀ ਜਿੰਨਾ ਕੰਮ ਇਨਫਰਾਸਟ੍ਰਕਚਰ ਦਾ ਜਾਂ ਬਾਕੀ ਹੋਰ ਵੀ ਡਿਵੈਲਪਮੈਂਟ ਦੇ ਕੰਮ ਨੇ ਬਾਕੀ ਰਹਿੰਦੇ, ਉਹਨਾਂ ਨੂੰ ਪੂਰਾ ਕੀਤਾ ਜਾ ਸਕੇ। ਸੋ ਉਸੇ ਲੜੀ ਦੇ ਵਿੱਚ 68 ਲੱਖ ਰੁਪਏ ਦੇ ਲਾਗਤ ਦੇ ਨਾਲ ਇਹ ਸੈਂਡਰ ਟਰੈਕ ਹੈ ਜਿਹੜਾ 400 ਮੀਟਰ ਦਾ ਇਹ ਬਣਾਇਆ ਜਾ ਰਿਹਾ, ਜਿਹਦੇ 'ਚ ਔਰ ਅੰਦਰਲੇ ਪਾਸੇ ਫੁੱਟਬਾਲ ਦਾ ਗਰਾਊਂਡ ਹੈ ਜਿਹੜਾ ਉਹ ਹੋ ਜਾਏਗਾ, ਉਹਦੇ 'ਚ ਜਿਹੜੇ ਤੁਹਾਡੇ ਸਪ੍ਰਿੰਕਲ ਸਿਸਟਮ ਵਗੈਰਾ ਸਾਰਾ ਆਧੁਨਿਕ ਸਿਸਟਮ ਦੇ ਨਾਲ ਇਹ ਤਿਆਰ ਕਰਕੇ ਤਕਰੀਬਨ 4-5 ਮਹੀਨਿਆਂ ਦੇ ਵਿੱਚ ਇਸ ਨਾਲ ਸ਼ਹਿਰ ਨੂੰ ਤੋਹਫ਼ਾ ਜਿਹੜਾ ਉਹ ਦੇਣਾ। ਅਮਨ ਜੀ, ਤੁਸੀਂ ਬਹੁਤ ਵਧੀਆ ਪ੍ਰੋਜੈਕਟ ਲਗਾ ਰਹੇ ਹੈਗੇ, ਪਰ ਕਈ ਵਾਰ ਠੇਕੇਦਾਰ ਐਡੀ ਅਣਗਹਿਲੀ ਕਰਦੇ ਨੇ ਜੀ ਅਤੇ ਕੰਮ ਵਿੱਚ ਰੋਕ ਦਿੰਦੇ ਨੇ। ਹੁਣ 1,33,00,000 ਰੁਪਏ ਦਾ ਇੱਥੇ ਨੀਂਹ ਪੱਥਰ ਰੱਖਿਆ ਗਿਆ ਸੀ ਜੀ 14-2 ਨੂੰ, 7 ਮਹੀਨੇ ਹੋ ਗਏ ਜੀ, ਉੱਥੇ ਸਾਰਾ ਕੰਮ ਉਵੇਂ ਹੀ ਰੋਕਿਆ ਖੜਾ। ਉਹਦੇ ਬਲਾਕ ਟੋਇਲਟ ਬਣਨੇ ਸੀ ਜੀ, ਬਾਉਂਡਰੀ ਵਾਲ ਬਣਨਾ ਸੀ, ਸ਼ੈੱਡ ਬਣਨੇ ਸੀ ਜੀ, ਸਾਰਾ ਕੰਮ ਐਂ ਹੀ ਖੜਾ ਜੀ। ਪਤਾ ਮੈਨੂੰ ਉਹਦੇ 'ਚ ਜਿਹੜੇ ਵਾਸ਼ਰੂਮ ਵਗੈਰਾ ਨੇ ਉਹ ਤਾਂ ਸ਼ਾਇਦ ਕੁਝ ਬਣ ਗਏ, ਪਰ ਕਿਉਂਕਿ 'ਚ 2 ਰੀਜ਼ਨ ਸੀਗੇ ਇਹਦੇ 'ਚ ਥੋੜ੍ਹੀ ਜਿਹੀ ਫੰਡਸ ਦੀ ਦਿੱਕਤ ਆ ਗਈ ਸੀਗੀ, ਕਿਉਂਕਿ ਪਹਿਲਾਂ ਜਦੋਂ ਸ਼ੁਰੂ ਕੀਤਾ ਸੀਗਾ ਉਦੋਂ ਫੰਡਸ 31 ਮਾਰਚ ਕਰਕੇ ਸਟੋਪ ਹੋ ਗਏ, ਅਤੇ ਫਿਰ ਚੋਣ ਜ਼ਾਬਤਾ ਜਿਹੜਾ 4 ਮਹੀਨੇ ਉਹ ਰਿਹਾ, ਪਰ ਉਹਦੇ ਬਾਰੇ ਵੀ ਹੁਣ ਜਿਹੜੀ ਫੰਡਸ ਦੀ ਕਲੀਅਰੈਂਸ ਹੈ ਉਹ ਹੋ ਗਈ ਹੈ, ਅਤੇ ਬੜੀ ਜਲਦੀ 10-15 ਦਿਨਾਂ ਵਿੱਚ ਉਹ ਵੀ ਕੰਮ ਜਿਹੜਾ ਦੁਬਾਰਾ ਸ਼ੁਰੂ ਹੋ ਜਾਊਗਾ। ਸਰ, ਤੁਹਾਡੀ ਸਰਕਾਰ ਇਨੀਸ਼ੀਏਟਿਵ ਲੈ ਰਹੀ ਹੈ 20,000 ਸੋਲਰ ਟਿਊਬਵੈੱਲਾਂ ਨਾਲ, ਹਾਂਜੀ, ਪੰਜਾਬ ਨੂੰ ਕਿੰਨਾ ਕੁ ਫਾਇਦਾ, ਕੀ ਉਹ ਸਕੀਮ ਹੈ, ਪੂਰੀ ਗੱਲ ਜਾਣਨਾ ਚਾਹੁੰਦਾ। ਦੇਖੋ, ਅੱਜ ਪੰਜਾਬ ਦੇ ਵਿੱਚ ਤਕਰੀਬਨ 1.5 ਲੱਖ ਕਿਸਾਨ ਇਹੋ ਜਿਹੇ ਜਿਨ੍ਹਾਂ ਵਿਚਾਰਿਆਂ ਕੋਲ ਬਿਜਲੀ ਕਨੈਕਸ਼ਨ ਹੈ ਨਹੀਂ, ਜਾਂ ਤਾਂ ਉਹ ਗੁਆਂਢੀ ਤੋਂ ਪਾਣੀ ਮੁੱਲ ਲੈਂਦੇ ਨੇ, ਅਤੇ ਜਾਂ ਉਹਨਾਂ ਨੂੰ ਜਨਰੇਟਰ ਦੇ ਉੱਪਰ ਆਪਦੀ ਖੇਤ ਦੀ ਸਿੰਜਾਈ ਜਿਹੜੀ ਉਹ ਕਰਨੀ ਪੈਂਦੀ ਹੈ। ਸੋ ਉਸੇ ਮਕਸਦ ਦੇ ਨਾਲ ਸਾਡਾ ਮਹਿਕਮਾ ਜਿਹੜਾ ਨਿਊ ਐਂਡ ਰਿਨਿਊਏਬਲ ਐਨਰਜੀ ਪੇਡਾ ਕਹਿੰਦੇ ਜਿਹਨੂੰ ਆਪਾਂ, ਉਹ 20,000 ਸੋਲਰ ਪੰਪ ਸੈੱਟ ਹੈ ਜਿਹੜਾ ਖੇਤੀ ਵਾਸਤੇ ਉਹ ਅਸੀਂ ਦੇਣ ਜਾ ਰਹੇ ਹਾਂ। ਸੋਮਵਾਰ ਤੋਂ ਇਹਦਾ ਪੋਰਟਲ ਹੈ ਜਿਹੜਾ ਉਹ ਖੁੱਲ੍ਹ ਜਾਏਗਾ, ਔਰ ਇਹਦੇ ਵਿੱਚ 60% ਸਬਸਿਡੀ ਹੈ ਜਿਹੜੀ ਉਹ ਸਰਕਾਰ ਵੱਲੋਂ ਪਾਈ ਜਾਏਗੀ, ਔਰ ਬਹੁਤ ਵੱਡਾ ਲਾਹ ਹੈ ਜਿਹੜਾ ਉਹ ਉਹਨਾਂ ਲੋਕਾਂ ਨੂੰ, ਉਹਨਾਂ ਕਿਸਾਨਾਂ ਨੂੰ ਹੋਏਗਾ ਜਿਨ੍ਹਾਂ ਕੋਲ ਐਗਰੀਕਲਚਰ ਪੰਪ ਸੈੱਟ ਹੈ ਨਹੀਂ। ਜਿਹੜੇ ਦੂਸਰੇ ਕਨੈਕਸ਼ਨ ਨੇ ਉਹ, ਕਿਉਂਕਿ ਕੇਂਦਰ ਸਰਕਾਰ ਵੱਲੋਂ ਬੰਦ ਕੀਤੇ ਹੋਏ ਨੇ ਕਿ ਪੰਜਾਬ ਦੇ ਬਹੁਤ ਸਾਰਾ ਏਰੀਆਜ਼ ਦੇ ਵਿੱਚ, ਬਲਾਕਾਂ ਦੇ ਵਿੱਚ ਪਾਣੀ ਨੀਚੇ ਚਲਾ ਗਿਆ, ਸੋ ਉਸ ਕਰਕੇ ਇਹ ਨੇ ਜਿਹੜੇ ਸੋਲਰ ਪੰਪ ਨੇ ਉਹ ਦਿੱਤੇ ਜਾ ਰਹੇ ਨੇ। ਔਰ ਇਹਦੇ ਨਾਲ ਜਿਹੜੇ ਡਾਰਕ ਜ਼ੋਨ ਨੇ ਜਿੱਥੇ ਪਾਣੀ ਡੂੰਘਾ ਚਲਾ ਗਿਆ ਜ਼ਰੂਰਤ ਨਾਲੋਂ ਜ਼ਿਆਦਾ, ਉਹਨਾਂ ਦੇ ਵਿੱਚ ਨਾਲ ਸਪ੍ਰਿੰਕਲ ਸਿਸਟਮ ਅਤੇ ਡ੍ਰਿਪ ਇਰੀਗੇਸ਼ਨ ਸਿਸਟਮ ਹੈ ਜਿਹੜਾ ਉਹ ਵੀ ਲੱਗੇਗਾ, ਉਹ 'ਚ ਵੀ 80% ਦੇ ਕਰੀਬ ਸਬਸਿਡੀ ਜਿਹੜੀ ਉਹ ਮਿਲੇਗੀ। ਸੋ ਇਸ ਕਰਕੇ ਬਹੁਤ ਵਧੀਆ ਉਪਰਾਲਾ। ਮੇਰੀ ਪੂਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ, ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਬਹੁਤ ਲਾਹੇਵੰਦ ਸਕੀਮ ਹੈ, 60% ਇਹਦੇ ਵਿੱਚ ਸਰਕਾਰ ਵੱਲੋਂ ਪਾਇਆ ਜਾ ਰਿਹਾ, ਸਿਰਫ 40% ਹੈ ਜਿਹੜਾ ਉਹ ਉਹਨਾਂ ਨੇ ਪਾਉਣਾ, ਇਹਦਾ ਵੱਧ ਤੋਂ ਵੱਧ ਲਾਹਾ ਜਿਹੜਾ ਉਹ ਲੈਣ। ਸੋਮਵਾਰ ਤੋਂ ਪੋਰਟਲ ਸਾਡਾ ਉਹ ਆਨਲਾਈਨ ਹੋ ਜਾਏਗਾ।